ਬੱਚਿਓ ਪਹਿਲਾਂ ਅਸੀਂ ਰਸਾਇਣਕ ਸਮੀਕਰਨਾਂ ਨੂੰ ਲਿਖਣਾ ਸਿੱਖਿਆ ਸੀ ਆਓ ਹੁਣ ਅਸੀਂ ਰਸਾਇਣਕ ਸਮੀਕਰਨਾਂ ਨੂੰ ਬੈਲੈਂਸ ਜਾਂ ਸੰਤੁਲਿਤ ਕਿਵੇਂ ਕਰੀਏ ਸਿੱਖਦੇ ਹਾਂ ਜਿਵੇਂ ਅਸੀਂ ਕਿਸੇ ਦੁਕਾਨ ਤੋਂ ਕੋਈ ਚੀਜ਼ ਖਰੀਦਣ ਤੋਂ ਬਾਅਦ ਉਸ ਨੂੰ ਤੋਲ ਕੇ ਖੱਬਾ ਪਾਸਾ ਅਤੇ ਸੱਜਾ ਪਾਸਾ ਬਰਾਬਰ ਕਰਕੇ ਵੇਖਦੇ ਹਾਂ ਉਸੇ ਤਰ੍ਹਾਂ ਅਸੀਂ ਰਸਾਇਣਕ ਸਮੀਕਰਨ ਨੂੰ ਬੈਲੈਂਸ ਕਰਨਾ ਸਿੱਖਾਂਗੇ ਵਿਦਿਆਰਥੀਓ ਆਓ ਅਸੀਂ ਮੈਗਨੀਸ਼ੀਅਮ ਰਿਬਨ ਨੂੰ ਜਲਾਉਣ ਦੀ ਰਸਾਇਣਕ ਸਮੀਕਰਨ ਨੂੰ ਬੈਲੈਂਸ ਕਰਨਾ ਸਿੱਖਦੇ ਹਾਂ ਤਕੜੀ ਦੇ ਵਾਂਗੂ ਰਸਾਇਣਕ ਸਮੀਕਰਨ ਦੇ ਵਿੱਚ ਵੀ ਦੋ ਪਾਸੇ ਹੁੰਦੇ ਹਨ ਖੱਬਾ ਪਾਸਾ ਅਤੇ ਸੱਜਾ ਪਾਸਾ ਖੱਬੇ ਪਾਸੇ ਅਸੀਂ ਹਮੇਸ਼ਾ ਅਭਿਕਾਰਕ ਲਿਖਦੇ ਹਾਂ ਅਤੇ ਸੱਜੇ ਪਾਸੇ ਉਤਪਾਦ ਤਾਂ ਅਸੀਂ ਇਸ ਰਸਾਇਣਕ ਸਮੀਕਰਨ 'ਚ ਦੇਖਾਂਗੇ ਕਿ ਮੈਗਨੀਸ਼ੀਅਮ ਜਦੋਂ ਆਕਸੀਜਨ ਨਾਲ ਜੁੜ ਕੇ ਮੈਗਨੀਸ਼ੀਅਮ ਆਕਸਾਈਡ ਬਣਾਉਂਦਾ ਹੈ ਕਿ ਸੱਜਾ ਪਾਸਾ ਖੱਬੇ ਪਾਸੇ ਦੇ ਬਰਾਬਰ ਹੈ ਜੇ ਬਰਾਬਰ ਨਹੀਂ ਤਾਂ ਉਸ ਨੂੰ ਬਰਾਬਰ ਕਰਾਂਗੇ ਇਸ ਸਮੀਕਰਨ ਦੇ ਵਿੱਚ ਖੱਬੇ ਪਾਸੇ ਸਾਡੇ ਕੋਲ ਇੱਕ ਮੈਗਨੀਸ਼ੀਅਮ ਹੈ ਤੇ ਦੋ ਆਕਸੀਜਨ ਹਨ ਤੇ ਸੱਜੇ ਪਾਸੇ ਇੱਕ ਮੈਗਨੀਸ਼ੀਅਮ ਇੱਕ ਆਕਸੀਜਨ ਤਾਂ ਦੇਖੋ ਬੱਚਿਓ ਅਸੀਂ ਬੈਲੈਂਸ ਕਰਨ ਲਈ ਆਕਸੀਜਨ ਖੱਬੇ ਪਾਸੇ ਦੋ ਨੇ ਤੇ ਇੱਧਰ ਕਿੰਨਾ 1 ਤਾਂ 2 ਨਾਲ ਗੁਣਾ ਕਰ ਦੇਾਂਗੇ ਤਾਂ 2 ਨਾਲ ਗੁਣਾ ਕਰਾਂਗੇ ਜਦੋਂ ਤਾਂ ਆਕਸੀਜਨ 2 ਹੋ ਜਾਣਗੇ ਆਕਸੀਜਨ ਤਾਂ ਹੋਗੇ ਬਰਾਬਰ ਹੁਣ ਅਸੀਂ ਉੱਪਰ 2 ਨਾਲ ਗੁਣਾ ਕਰਿਆ ਇਸ ਕਰਕੇ ਮੈਗਨੀਸ਼ੀਅਮ ਵੀ 2 ਨਾਲ ਗੁਣਾ ਹੋਊਗਾ ਤਾਂ ਮੈਗਨੀਸ਼ੀਅਮ 2 ਹੋਗੇ ਪਰ ਜੇ ਦੇਖੋ ਮੈਗਨੀਸ਼ੀਅਮ ਇੱਧਰ 1 ਹੈ ਤਾਂ 1 ਨੂੰ ਪੂਰਾ ਕਰਨ ਲਈ ਅਸੀਂ 2 ਨਾਲ ਕੀ ਕਰਾਂਗੇ ਗੁਣਾ ਕਰ ਦੇਾਂਗੇ ਤਾਂ ਇਸ ਤਰ੍ਹਾਂ ਇਹ ਰਸਾਇਣਕ ਸਮੀਕਰਨ ਬੈਲੈਂਸ ਹੋ ਚੁੱਕੀ ਹੈ ਤੁਸੀਂ ਦੇਖੋ ਖੱਬੇ ਪਾਸੇ ਸਾਡੇ ਕੋਲ 2 ਮੈਗਨੀਸ਼ੀਅਮ ਨੇ ਤੇ 2 ਹੀ ਆਕਸੀਜਨ ਹਨ ਇਸੇ ਤਰ੍ਹਾਂ ਸੱਜੇ ਪਾਸੇ ਮੈਗਨੀਸ਼ੀਅਮ 1 ਨੂੰ ਅਸੀਂ 2 ਨਾਲ ਗੁਣਾ ਕਰਕੇ 2 ਬਣਾਤਾ ਤੇ ਆਕਸੀਜਨ ਵੀ 2 ਬਣਾਏ ਇਸ ਤਰ੍ਹਾਂ ਅਸੀਂ ਸੱਜਾ ਪਾਸਾ ਖੱਬਾ ਪਾਸਾ ਦੇ ਬਰਾਬਰ ਕੀਤਾ ਤੇ ਇਹ ਹੁਣ ਸਮੀਕਰਨ ਹੈ ਜਿਹੜੀ ਬੈਲੈਂਸ ਹੋ ਚੁੱਕੀ ਹੈ ਤਾਂ ਇਸ ਤਰ੍ਹਾਂ ਅਸੀਂ ਹੋਰ ਵੀ ਕਈ ਰਸਾਇਣਕ ਸਮੀਕਰਨਾਂ ਨੂੰ ਬੈਲੈਂਸ ਕਰ ਸਕਦੇ ਹਾਂ ਬੱਚਿਓ ਆਓ ਅਸੀਂ ਇੱਕ ਹੋਰ ਰਸਾਇਣਕ ਸਮੀਕਰਨ ਨੂੰ ਬੈਲੈਂਸ ਕਰਨਾ ਸਿੱਖੀ ਇਸ ਸਮੀਕਰਨ ਵਿੱਚ ਅਸੀਂ ਸੱਜੇ ਤੇ ਖੱਬੇ ਪਾਸੇ ਦੇਖਦੇ ਹਾਂ ਖੱਬੇ ਪਾਸੇ ਆਇਰਨ ਆਕਸੀਜਨ ਤੇ ਅਲੂਮੀਨੀਅਮ ਹੈ ਇਸ ਤਰ੍ਹਾਂ ਸੱਜੇ ਪਾਸੇ ਆਇਰਨ Fe ਆਕਸੀਜਨ O ਤੇ ਅਲੂਮੀਨੀਅਮ Al ਹੈ ਤੇ ਖੱਬੇ ਪਾਸੇ ਅਸੀਂ ਪਰਮਾਣੂਆਂ ਦੀ ਸੰਖਿਆ ਲਿਖਦੇ ਹਾਂ ਆਇਰਨ ਨੇ 2 ਆਕਸੀਜਨ ਨੇ 3 ਤੇ ਐਲੂਮੀਨੀਅਮ 1 ਹੈ ਤੇ ਇਸੇ ਤਰ੍ਹਾਂ ਸੱਜੇ ਪਾਸੇ ਆਇਰਨ 1 ਆਕਸੀਜਨ 3 ਐਲੂਮੀਨੀਅਮ 2 ਨੇ ਦੇਖੋ ਹੁਣ ਸੱਜਾ ਪਾਸਾ ਖੱਬੇ ਪਾਸੇ ਬਰਾਬਰ ਕਰਨ ਵਾਸਤੇ ਅਸੀਂ ਆਇਰਨ ਨੂੰ 2 ਨਾਲ ਗੁਣਾ ਕਰਤਾ ਤਾਂ ਆਇਰਨ ਤਾਂ ਪੂਰੇ ਹੋ ਗਏ 2 2 ਸੱਜੇ ਤੇ ਖੱਬੇ ਪਾਸੇ ਆਕਸੀਜਨ ਪਹਿਲਾਂ ਹੀ ਪੂਰੇ ਨੇ ਤੇ ਐਲੂਮੀਨੀਅਮ ਨੂੰ ਪੂਰਾ ਕਰਨਾ ਹੁਣ ਐਲੂਮੀਨੀਅਮ ਖੱਬੇ ਪਾਸੇ 1 ਘਟ ਹੈ ਤਾਂ ਇਸ ਕਰਕੇ ਇਸ ਨੂੰ 2 ਨਾਲ ਗੁਣਾ ਕਰ ਦਾਂਗੇ ਤਾਂ 2 ਨਾਲ ਗੁਣਾ ਕਰਨ ਤੋਂ ਬਾਅਦ ਇਹ ਬਰਾਬਰ ਹੋ ਜਾਣਗੇ ਇਸ ਤਰ੍ਹਾਂ ਇਹ ਰਸਾਇਣਕ ਸਮੀਕਰਨ ਹੁਣ ਬੈਲੈਂਸ ਹੋ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਦੋਨੇ ਪਾਸੇ ਸੱਜੇ ਤੇ ਖੱਬੇ ਪ੍ਰਮਾਣੂਆਂ ਦੀ ਸੰਖਿਆ ਜਿਹੜੀ ਉਹ ਬਰਾਬਰ ਹੈ ਆਇਰਨ ਦੋ ਦੂਜੇ ਪਾਸੇ ਵੀ ਦੋ ਆਕਸੀਜਨ ਤਿੰਨ ਦੂਜੇ ਪਾਸੇ ਵੀ ਤਿੰਨ ਐਲੂਮੀਨੀਅਮ ਦੋ ਤੇ ਦੂਜੇ ਪਾਸੇ ਵੀ ਦੋ ਤਾਂ ਇਸ ਤਰ੍ਹਾਂ ਅਸੀਂ ਕਿਸੇ ਵੀ ਰਸਾਇਣਕ ਸਮੀਕਰਨ ਨੂੰ ਬੈਲੈਂਸ ਕਰ ਸਕਦੇ ਹਾਂ